ਇੱਕ ਬਹੁਤ ਹੀ ਸੱਚੀ ਸੁੱਚੀ ਅਤੇ ਨੇਕ ਦਿਲ ਸ਼ਖਸੀਅਤ ਦੇ ਮਾਲਕ ਸਰਦਾਰ ਮਹਿੰਦਰ ਸਿੰਘ ਜੀ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਮਹਿੰਦਰ ਸਿੰਘ ਹੋਣਾ ਦਾ ਜਨਮ 20 ਅਪ੍ਰੈਲ 1947 ਨੂੰ ਪਿਤਾ ਸਰਦਾਰ ਮੂਲਾ ਸਿੰਘ ਹੋਣਾ ਦੇ ਘਰ ਮਾਤਾ ਕਰਤਾਰ ਕੌਰ ਹੋਣਾ ਦੀ ਕੁੱਖੋਂ ਪਿੰਡ ਲਾਇਲਪੁਰ ਫੈਸਲਾਬਾਦ ਪਾਕਿਸਤਾਨ ਵਿਖੇ ਹੋਇਆ। ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਆਪ ਦਾ ਪਰਿਵਾਰ ਪਿੰਡ ਸਰਹਾਲੀ ਜ਼ਿਲ੍ਹਾ ਤਰਨਤਾਰਨ ਵਿਖੇ ਆ ਕੇ ਵਸਿਆ, ਜਿੱਥੇ ਆਪ ਜੀ ਨੇ ਮੁੱਢਲੀ ਤੇ ਫਿਰ ਉਚੇਰੀ ਪੜ੍ਹਾਈ ਕੀਤੀ। ਉਪਰੰਤ ਆਪ ਜੀ ਨੇ ਫਗਵਾੜਾ ਇੰਜੀਨੀਅਰਿੰਗ ਕਾਲਜ ਤੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਆਪ ਜੀ ਨੇ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ ਤੇ ਪਠਾਨਕੋਟ ਵਿਖੇ ਬਤੌਰ SDO ਨੌਕਰੀ ਕੀਤੀ। ਆਪ ਜੀ ਦਾ ਵਿਆਹ 11 ਅਪ੍ਰੈਲ 1970 ਨੂੰ ਹੁਸ਼ਿਆਰਪੁਰ ਦੇ ਵਸਨੀਕ ਸਰਦਾਰ ਕਰਤਾਰ ਸਿੰਘ ਹੋਣਾ ਦੀ ਸਪੁੱਤਰੀ ਬੀਬੀ ਬਰਜਿੰਦਰ ਕੰਵਰਜੀਤ ਕੌਰ ਹੋਣਾ ਨਾਲ ਹੋਇਆ। ਆਪ ਜੀ ਦੇ ਘਰ 4 ਬੇਟੀਆਂ ਅਤੇ 1 ਬੇਟੇ ਨੇ ਜਨਮ ਲਿਆ। ਸੇਵਾ ਮੁਕਤੀ ਤੋਂ ਬਾਅਦ ਆਪ ਜੀ ਆਪਣੇ ਕਾਰੋਬਾਰ ਵਿੱਚ ਜੁਟ ਗਏ। ਆਪ ਜੀ ਆਪਣੇ ਬੇਟੇ ਦੀ ਮੌਤ ਤੋਂ ਉਪਰੰਤ ਆਪਣੀ ਬੇਟੀ ਪਿੰਕੀ ਦੇ ਕੋਲ ਹੀ ਰਹੇ ਅਤੇ ਆਪ ਜੀ ਦੀ ਬੇਟੀ ਪਿੰਕੀ ਨੇ ਆਪ ਜੀ ਦੀ ਸੇਵਾ ਹਮੇਸ਼ਾ ਹੀ ਕੁੱਤਾ ਵਾਂਗਰ ਕੀਤੀ। ਸਰਦਾਰ ਮਹਿੰਦਰ ਸਿੰਘ ਜੀ ਬਹੁਤ ਹੀ ਖੁਸ਼ ਦਿਲ ਇਨਸਾਨ ਸਨ ਅਤੇ ਹਮੇਸ਼ਾ ਹੀ ਹਰ ਇੱਕ ਨੂੰ ਖਿੜੇ ਮੱਥੇ ਮਿਲਦੇ ਸਨ। ਆਪ ਜੀ ਬਹੁਤ ਹੀ ਮਿਹਨਤੀ ਸਨ ਅਤੇ ਆਪ ਜੀ ਨੇ ਆਪਣੀ ਅਣਥਕ ਮਿਹਨਤ ਸਦਕਾ ਹਮੇਸ਼ਾ ਹੀ ਉੱਨਤੀ ਹਾਸਲ ਕੀਤੀ। ਪੂਰੇ
ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸਖਸ਼ੀਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸਖਸ਼ੀਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਵਿਅਕਤਿਤਵ ਮਾਲਿਕ ਸਨ ਔਰ ਉਹਨਾਂ ਨੇ ਸ਼ਾਇਦ ਇਹ ਸੰਦੇਸ਼ ਆਪਣੇ ਕੋਨੇ ਚ ਹਿਰਦੇ ਕਿਸੇ ਬਸਾ ਲਿਆ ਸੀ, ਇਸੇ ਕਰਕੇ ਉਹ ਦੀਨ ਦੁਖੀਆਂ ਦੇ ਮਦਦਗਾਰ ਬਣੇ ਔਰ ਉਹ ਸਾਰਿਆਂ ਦੇ ਬੇਸਹਾਰਿਆਂ ਦੇ ਸਹਾਰੇ ਬਣੇ ਔਰ ਗਰੀਬਾਂ ਦੇ ਮਸੀਹਾ ਬਣੇ। ਉਹਨੂੰ ਉਹ ਸਾਡੇ ਦਿਲਾਂ ਚ ਵਾਸ ਕਰ ਸਦਾ ਸਦਾ ਲਈ। ਉਹ ਆਪਣੇ ਕਰਮਾਂ ਦੀ ਮਹਿਤ ਜਿਹੜੀ ਛੱਡ ਗਈ ਹੈ, ਉਹੀ ਉਹਨੀ ਕਰਮਾਂ ਦੀ ਕਮਾਈ ਹੈ ਔਰ ਉਹੀ ਕਮਾਈ ਜਿਹੜੀ ਹੈ ਉਹੀ ਜੀਵਨ ਦਾ ਸੱਚਾ ਸਵਰੂਪ ਹੈ। ਸਾਥੀਓ, ਸਾਧ ਸੰਗਤ ਜੀ, ਇਹ ਜੀਵਨ ਚ ਕਿਸੇ ਨੇ ਕੁਛ ਲਈ ਨਾ ਜਾਣਾ। ਸਰਦਾਰ ਮਹਿੰਦਰ ਸਿੰਘ 20 ਨਵੰਬਰ ਦੀ ਰਾਤ ਨੂੰ ਤਕਲੀਫ ਹੋਈ, ਪਾਰਵਤੀ ਹਸਪਤਾਲ ਲੈ ਜਾਇਆ ਗਿਆ। ਅੱਧੀ ਰਾਤ ਤੋਂ ਬਾਅਦ ਜਿਹੜੀ 21 ਤਰੀਕ ਆ ਗਈ, ਸਵਰਗ ਵਾਸ ਹੋ ਗਿਆ। ਕਿੱਥੇ ਚਲੇ ਗਏ ਕੋਈ ਪਤਾ ਨਹੀਂ, ਲੇਕਿਨ ਇੱਕ ਗੱਲ ਹੈ ਕਿ ਸਰਦਾਰ ਮਹਿੰਦਰ ਸਿੰਘ ਸੇਵਾ, ਪ੍ਰੇਮ, ਸਦਭਾਵ, ਸੱਚਾਈ, ਸਾਦਗੀ ਔਰ ਇਮਾਨਦਾਰੀ ਦੇ ਬਹੁਤ ਬੜੇ ਦਸਤਾਵੇਜ਼ ਸਨ। ਜੀਵਨ ਭਰ ਸਭ ਨੂੰ ਦਿੱਤਾ, ਲੇਕਿਨ ਜਿਹੜੇ ਸੱਚੇ ਪੁਰਸ਼ ਹੁੰਦੇ ਨੇ ਉਹਨਾਂ ਨੂੰ ਜੀਵਨ ਤਕਲੀਫਾਂ ਬੜੀਆਂ ਆਉਂਦੀਆਂ। ਪਤਨੀ ਨੇ ਸਾਥ ਛੋੜ ਦਿੱਤਾ, ਜੀਵਨ ਚ ਅਕੇਲਾ ਬਣ ਗਿਆ। ਬੇਟਾ ਜੀ ਚਲੇ ਗਏ, ਜੀਵਨ ਬਿਖਰ ਕੇ ਰਹਿ ਗਏ। ਇਸ ਤੋਂ ਵੱਡਾ ਸੰਸਾਰ ਤੇ ਕਿਹੜਾ ਦੁੱਖ ਹੈ। ਔਰ ਵਿਦਵਾਨਾਂ ਨੇ ਕਿਹਾ ਹੈ ਕਿ ਅਕੇਲਾਪਨ ਜੀਵਨ ਦਾ ਸਭ ਤੋਂ ਵੱਡਾ ਵਿਸ਼ਾਪ ਹੈ। ਹਰ ਰਿਸ਼ਤੇਦਾਰ ਆਪਣੇ ਆਪਣੇ ਜਗ੍ਹਾ ਦੇ ਉੱਤੇ ਸਿਮਟਿਆ ਆਇਆ ਹੈ, ਲੇਕਿਨ ਇਸ ਵਕਤ ਦੇ ਵਿੱਚ ਇੱਕ ਰੋਸ਼ਨੀ ਦੀ ਕਿਰਨ ਉਭਰ ਕੇ ਆਈ ਔਰ ਉਹਨਾਂ ਦੀ ਛੋਟੀ ਬੇਟੀ ਪਿੰਕੀ, ਉਹਨਾਂ ਆਪਣੇ ਜੀਵਨ ਦੀ ਪਰਵਾਹ ਨਾ ਕੀਤੇ ਹੋਏ ਉਹਨਾਂ ਦੇ ਉਸ ਜੀਵਨ ਦੇ ਅਕੇਲੇਪਨ ਨੂੰ ਦੂਰ ਕਰਕੇ ਉਹਨਾਂ ਦੀ ਸਾਰੀਆਂ ਮੁਸੀਬਤਾਂ ਦਾ ਆਪਣਾ ਸਾਂਝਾ ਕੀਤਾ ਔਰ ਹਰ ਕਦਮ ਤੇ ਉਹਨਾਂ ਨੂੰ ਜੀਵਨ ਦਾ ਰਾਹ ਦਿਖਾਇਆ। ਖੁਦ ਵੀ ਚੱਲੀ ਔਰ ਉਹਨਾਂ ਨੂੰ ਵੀ ਚਲਾਇਆ। ਇਹ ਜੀਵਨ ਦਾ ਕਿੰਨਾ ਤਿਆਗ ਹੈ। ਮੈਂ ਤਿਆਗ ਤੇ ਸਮਰਪਣ ਦੀ ਦੇਵੀ ਨੂੰ ਨਮਨ ਕਰਦਾ ਹਾਂ
और मैं कहना कि हो या दिव्या सारे का होए ते कल्याण अपने आप संभव है। साडे नाना जी ते मनप्रीत हरमंद दादू एक बहुत महान शख्सियत सन। वो एक बहुत नेक खुश दिल हिम्मती मेहनती अते सारे दे दिल ते राज करन वाले महान आत्मा सन। आज इत्थे जिन्ने भी लोग इकट्ठे हुए हैं इन्हां विचों मैं बहुत घट लोगों नूं जानदी हाँ, पर बहुत मान ते फख्र महसूस करदी हाँ कि मेरे नानू एक रियल हीरो सन अते यारां दे यार सन। ਮੇਰੇ ਨਾਨੂ ਇੰਪਰੂਵਮੈਂਟ ਰਸ਼ ਅੰਮ੍ਰਿਤਸਰ ਵਿੱਚ ਇੱਕ ਰਿਟਾਇਰ SDO ਸੀਗੇ ਅਤੇ ਉਹਨਾਂ ਨੇ ਇਹ ਕੰਮ ਬਟਾਲਾ ਇੰਪਰੂਵਮੈਂਟ ਟਰੱਸਟ ਨੂੰ ਕੀਤਾ ਸੀਗਾ, ਜਿਸ ਦੇ ਲਈ ਬਟਾਲਾ ਇੰਪਰੂਵਮੈਂਟ ਟਰੱਸਟ ਨੇ ਉਹਨਾਂ ਨੂੰ ਸਨਮਾਨਿਤ ਕਰਕੇ ਇੱਕ ਉੱਥੇ ਇੱਕ ਰੋਡ ਬਣਾਇਆ ਸੀ ਜੋ ਕਿ ਬਟਾਲਾ ਨੰਗਰ ਹੋਸਪਿਟਲ ਦੇ ਅੱਗੇ ਸੀਗਾ, ਜਿਹਦਾ ਨਾਮ ਮੇਰੇ ਨਾਨਾ ਜੀ ਸਰਦਾਰ ਅਮਰਿੰਦਰ ਸਿੰਘ ਜੀ ਦੇ ਨਾਂ 'ਤੇ ਰੱਖਿਆ ਗਿਆ ਸੀਗਾ। ਅਤੇ ਅਸੀਂ ਆਖਿਰ 'ਚ ਮੈਂ ਇਹੀ ਕਹੂੰਗਾ ਕਿ ਅਸੀਂ ਬੱਚੇ ਆਪਣੇ ਨਾਨਾ ਜੀ ਦੀ ਇੱਜ਼ਤ ਮਾਂ ਨੂੰ ਅੱਗੇ ਲੈ ਕੇ ਜਾਵਾਂਗੇ, ਉਹਨਾਂ ਦੇ ਮੋਰਲਸ ਅਤੇ ਜੋ ਵੀ ਉਹਨਾਂ ਦੇ ਸੰਸਕਾਰ ਸੀਗੇ ਉਹਨਾਂ ਨੂੰ ਪ੍ਰੋਪਰ ਅੱਗੇ ਰੱਖਦੇ ਹੋਏ ਆਪਾਂ ਉਹਨਾਂ ਦੀ ਇੱਜ਼ਤ ਨੂੰ ਹੋਰ ਵਧਾਵਾਂਗੇ। ਧੰਨਵਾਦ। ਇਫ ਇਟਸ ਪੋਸੀਬਲ ਇਫ ਗੋਡ ਲੈਟ ਅਸ ਡੂ ਦੈਟ ਥਿੰਗ ਵੀ ਆਲ ਵੀ ਵਾਂਟ ਯੂ ਆਰ ਨਾਨਾ ਪਾਪਾ ਅਗੇਨ ਇਨ ਆਰ ਲਾਈਫ। ਮੈਂ ਆਈ ਸੰਗਤ ਦਾ ਧੰਨਵਾਦ ਕਰਦੀ ਹਾਂ ਜੋ ਮੇਰੇ ਦਾਦੂ ਦੇ ਇਸ ਮੌਕੇ 'ਤੇ ਆਏ। ਮੇਰੇ ਦਾਦੂ ਇੱਕ ਬਹੁਤ ਮਹਾਨ ਇਨਸਾਨ ਸਨ, ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਮੈਂ ਇਹੀ ਅਰਦਾਸ ਕਰਾਂਗੀ ਕਿ ਜਿੱਥੇ ਵੀ ਗਏ ਨੇ ਉਹ ਖੁਸ਼ ਰਹਿਣ, ਸੁਖੀ ਰਹਿਣ ਅਤੇ ਸਭ ਨੂੰ ਖੁਸ਼ੀਆਂ ਮਿਲਣ।